ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਨਸ਼ਾ ਤਸਕਰ ਗੁਰਦੀਪ ਰਾਣੋ ਪਿੰਡ ਦਾ ਸਾਬਕਾ ਸਰਪੰਚ ਫੜਿਆ, ਅੱਜ ਅਸੀਂ ਉਹਦੇ ਖਿਲਾਫ SSP ਖੰਨਾ ਅਤੇ ਇਹਦੇ ਨਾਲ ਨਾਲ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਮੰਗ ਕਰ ਰਹੇ ਹਾਂ ਕਿ ਇਹ ਜੋ ਗੁਰਦੀਪ ਨਸ਼ਾ ਤਸਕਰ, ਇਸ ਬੰਦੇ ਦੀ ਪ੍ਰੋਪਰ ਇਨਕੁਆਇਰੀ ਜਿਹੜੀ ਹੈਗੀ ਆ ਉਹ CBI ਤੋਂ ਹੋਣੀ ਚਾਹੀਦੀ ਆ, ਕਿਉਂਕਿ ਇਹ ਬੰਦੇ ਦੇ ਐਡਾ ਕਿੱਡਾ ਕੁ ਪਾਵਰਫੁੱਲ ਸੀ ਕਿ ਅੱਗੇ ਪਿੱਛੇ ਜਿਪਸੀਆਂ ਲੈ ਕੇ ਚੱਲਦਾ ਸੀ। ਔਰ ਇਹਦੇ ਨਾਲ ਨਾਲ ਇਹ ਚੀਜ਼ ਦੀ ਘੋਖ ਹੋਣੀ ਚਾਹੀਦੀ ਆ ਕਿ ਉਹ ਕਿਹੜੇ ਕਾਂਗਰਸੀ ਲੀਡਰ, ਚਾਹੇ ਅੰਕਿਤ ਬਾਂਸਲ, ਚਾਹੇ ਜਿਹੜੇ ਹੈਗੇ ਆ OSD ਭਰਤਿੰਦਰ ਚਾਹਲ, ਜਾਂ ਹੋਰ ਜਿਹੜੇ ਵੀ ਪੁਲਿਸ ਵਾਲੇ ਪੁਲਿਸ ਅਫਸਰ ਜਿਨ੍ਹਾਂ ਦੇ ਨਾਮ ਆ ਰਹੇ ਨੇ, ਉਹ ਕੌਣ ਕੌਣ ਬੰਦੇ ਸੀ, ਉਹਨਾਂ ਦੇ ਨਾਲ ਕੀ ਲਿੰਕ ਸੀ, ਇਹ ਚਿੱਟੇ ਦੇ ਪ੍ਰਤੀ ਉਹਨਾਂ ਦੇ ਨਾਲ ਕੀ ਵਪਾਰਕ ਸਾਂਝ ਸੀ, ਔਰ ਇੰਨਾ ਸਾਮਰਾਜ ਖੜ੍ਹਾ ਕੀਤਾ, ਇਹ ਸਾਰੇ ਦੀ ਇੱਕ ਇਨਕੁਆਇਰੀ ਹੋਣੀ ਚਾਹੀਦੀ ਆ। ਲੋਕ ਇਸ ਗੱਲ ਨੂੰ ਪੁੱਛਣਾ ਚਾਹੁੰਦੇ ਆ, ਪਤਾ ਕਰਨਾ ਚਾਹੁੰਦੇ ਆ ਕਿ ਆਖਿਰ ਗੱਲ ਕੀ ਆ, ਕਿਉਂਕਿ 2 ਕਿਲੋਮੀਟਰ ਦੀ ਦੂਰੀ ਦੇ ਉੱਤੇ ਜਿਹੜਾ ਹੈਗਾ DSP ਪੈਲ ਦਾ ਦਫ਼ਤਰ ਆ, ਉਹਦੇ ਪਿੰਡ ਤੋਂ ਪਿੰਡ 2 ਕਿਲੋਮੀਟਰ ਸਿਰਫ ਦੂਰ ਆ ਪੈਲ ਥਾਣੇ ਤੋਂ, ਔਰ ਉੱਥੇ DSP ਬੈਠਦਾ, ਉੱਥੇ SHO ਬੈਠਦਾ, SHO ਔਰ ਇਹ ਤਕਰੀਬਨ 2012 ਤੋਂ ਇਹ ਕੰਮ ਕਰ ਰਿਹਾ। ਉਹਨਾਂ ਟਾਈਮਾਂ ਦੇ ਵਿੱਚ ਹੁਣ ਤੱਕ ਜਿਹੜੇ ਜਿਹੜੇ SHO ਆਏ, ਜਿਨ੍ਹਾਂ ਨੇ ਇਹਨੂੰ ਹੱਥ ਨਹੀਂ ਪਾਇਆ, ਉਹ DSP ਜਿਨ੍ਹਾਂ ਨੂੰ ਹੱਥ ਨਹੀਂ ਪਾਇਆ, ਉਹਨਾਂ ਨੂੰ ਤੁਰੰਤ ਪ੍ਰਭਾਵ ਤੋਂ ਡਿਸਮਿਸ ਹੋਣੇ ਚਾਹੀਦੇ ਆ, ਤਾਂ ਕਿ ਜਿਹੜੇ ਨਸ਼ਾ ਤਸਕਰ ਨੇ ਇਹਨਾਂ ਨੂੰ ਅਕਲ ਆਵੇ, ਔਰ ਇਹਨਾਂ ਨੂੰ ਜਿਹੜਾ ਹੈਗਾ ਸਮਾਜ ਦੇ ਵਿੱਚ ਇੱਕ ਇਹ ਗੱਲ ਨਾ ਜਾਵੇ ਕਿ ਨਸ਼ਾ ਤਸਕਰ ਬਹੁਤ ਪਾਵਰਫੁੱਲ ਹੁੰਦੇ ਆ। ਜੇ ਇਹਨਾਂ ਦੇ ਖਿਲਾਫ਼ ਸਹੀ ਢੰਗ ਦੇ ਨਾਲ ਕਾਰਵਾਈ ਹੋਊਗੀ, ਇਹਨਾਂ ਦੀ ਪੂਰੀ ਜ਼ਮੀਨ ਜਿਹੜੀ ਹੈਗੀ ਆ, ਜੋ ਇਹਨੇ ਨਸ਼ਾ ਵੇਚ ਕੇ ਲੋਕਾਂ ਦੇ ਮੁੰਡੇ ਮਰਵਾ ਕੇ ਜਿਹੜੀ ਬਣਾਈ ਆ, ਜੇ ਉਹ ਨਿਲਾਮ ਹੋ ਕੇ ਉਹਨਾਂ ਨੌਜਵਾਨਾਂ ਤੱਕ ਜਾਏਗੀ ਜਿਨ੍ਹਾਂ ਦੇ ਪੁੱਤ ਜਿਹੜੇ ਹੈਗੇ ਆ ਇਸ ਨਸ਼ੇ ਦੇ ਕਰਕੇ ਚਲੇ ਗਏ ਆ। ਅਸੀਂ ਅਪੀਲ ਕਰਦੇ ਹਾਂ ਆਪਣੇ ਫੇਸਬੁੱਕ ਪੇਜ ਜ਼ਰੀਏ ਕਿ ਜਿਹੜੇ ਜਿਹੜੇ ਸਾਡੇ ਪੈਲ ਹਲਕੇ ਦੇ ਵਿੱਚ, ਖੰਨਾ ਹਲਕੇ ਦੇ ਵਿੱਚ ਜਿਹੜੇ ਜਿਹੜੇ ਨੌਜਵਾਨ ਮੁੰਡੇ ਪਿਛਲੇ 5 ਸਾਲਾਂ ਤੋਂ ਨਸ਼ੇ ਦੀ ਭੇਟ ਚੜ੍ਹੇ ਆ, ਉਹ ਸਾਡੇ ਨਾਲ ਸੰਪਰਕ ਕਰਨ, ਅਸੀਂ ਉਹਨਾਂ ਨੂੰ ਇਸ ਗੁਰਦੀਪ ਦੀ ਜਿਹੜੀ ਹੈਗੀ ਆ ਸਮੁੱਚੀ ਪ੍ਰੋਪਰਟੀ ਨੂੰ ਵਿਕਵਾ ਕੇ ਉਹਨਾਂ ਨੂੰ ਮੁਆਵਜ਼ੇ ਦਵਾਵਾਂਗੇ, ਕਿਉਂਕਿ ਇਹ ਬੰਦਾ ਜਿਹੜਾ ਹੈਗਾ ਇਸ ਗੱਲ ਲਈ ਗੁਨਾਹਗਾਰ ਆ, ਔਰ ਲੋਕਾਂ ਨੂੰ ਇਨਸਾਫ ਤਾਂ ਹੀ ਉਹ ਹੋਏਗਾ ਸਹੀ ਮਿਹਨੇ 'ਚ ਜੇ ਇਸ ਬੰਦੇ ਨੂੰ ਚੰਗੀ ਤਰ੍ਹਾਂ ਸਬਕ ਸਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ ਦੱਸ ਕੇ ਹਟੇ ਨੇ ਜਿਹੜਾ ਚਾਹੇ ਜਿੱਥੇ ਜਿੱਥੇ ਇਹਦੇ ਲਿੰਕ ਸੀ ਉਹ 'ਚ ਪੈਲ ਮੁੱਖ ਸੀ, ਪੈਲ ਅਤੇ ਖੰਨਾ ਚਾਹੇ ਨਾਲ ਸਾਹਲੇ ਵਾਲਾ ਜੋ ਵੀ ਹਲਕਿਆਂ 'ਚ ਵੱਧ ਨੁਕਸਾਨ ਕਰਿਆ, ਜਿੱਥੋਂ ਇਹਦੇ ਜ਼ਰੀਏ ਵਿਕਿਆ ਤਾਂ ਇਹਨੇ ਦਿੱਲੀ ਤੱਕ ਹੀ ਨਹੀਂ ਭੇਜਿਆ ਪਾਕਿਸਤਾਨ ਤੋਂ ਆਉਣ ਤੋਂ ਬਾਅਦ ਇੰਟਰਨੈਸ਼ਨਲ ਲੈਵਲ 'ਤੇ, ਪਰ ਜਿੱਥੇ ਤੱਕ ਆਪਾਂ ਉਹ ਕਰ ਸਕਦੇ ਹਾਂ ਇੰਨਾ ਜ਼ਰੂਰੀ ਆ। ਇੱਕ ਹੋਰ ਜਿਹੜਾ ਕੋਈ ਬੰਦਾ ਗਲਤ ਕਰਦਾ ਜਾਂ ਪਿੰਡ ਵਾਲੇ ਰੋਲ ਮਾਡਲ ਗਿਣਦੇ ਹੁੰਦੇ ਨੇ, ਸੇਧ ਲੈਂਦੇ ਨੇ, ਜੇ ਪਿੰਡ ਦਾ ਖਿਡਾਰੀ ਹੋਵੇ ਤਾਂ ਸਾਰਾ ਪਿੰਡ ਗਰਾਊਂਡ 'ਚ ਜਾਂਦਾ, ਜੇ ਪਿੰਡ ਦੇ ਜਿੱਧਰ ਨੂੰ ਸੋਚ ਹੋਵੇ ਉੱਧਰ ਨੂੰ ਚੱਲਦੇ ਨੇ। ਜਿਹੜਾ ਇਹਨੇ ਜੇਲ੍ਹਾਂ ਬਣੀਆਂ ਹੋਈਆਂ ਨੇ, ਕਾਹਦੇ ਲਈ ਇੱਕ ਡਰ ਹੋਣਾ ਚਾਹੀਦਾ, ਕਾਨੂੰਨ ਦਾ ਇੱਕ ਡਰ ਹੋਣਾ ਚਾਹੀਦਾ ਜੋ ਬੇਕੌਫ ਘੁੰਮਦਾ ਸੀ, ਇੱਕ ਸਹੀ ਮੈਸੇਜ ਪਾਸ ਹੋਣਾ ਚਾਹੀਦਾ। ਜੇ ਲੋਕਾਂ ਦੀਆਂ ਲਾਸ਼ਾਂ ਦੇ ਉੱਤੇ ਮਹਿਲ ਬਣਾਏ ਨੇ, ਮਹਿਲ ਢਹਿੰਦੇ ਕਿਵੇਂ ਨੇ, ਜਿਹੜੀਆਂ ਪ੍ਰਾਪਰਟੀਆਂ ਬਣਾਈਆਂ ਨੇ, ਇੱਕ ਇਕੱਲਾ ਨਸ਼ਾ ਨਹੀਂ, ਹਰ ਉਹ ਗਲਤ ਕੰਮ ਜੋ ਕਾਨੂੰਨ ਦੇ ਨਜ਼ਰ ਦੇ ਵਿੱਚ ਗਲਤ ਆ, ਉਹ 'ਚ ਕਬਜ਼ੇ ਕਰਨੇ, ਜ਼ਮੀਨਾਂ ਦੇ ਬਲੈਕਮੇਲਿੰਗ ਕਰਨੀ, ਸਿਆੜ ਦੀ ਕੁੜੀ ਉਹ ਨਾਲ ਰਲੀ ਹੋਈ ਸੀ ਆ ਕੇ ਕੋਰਟ ਆਪਣਾ ਵਾਈਟ ਕੋਟ ਵੀ ਇਹ ਨਰਸਿੰਗ ਕਰਦੀ ਆ ਵੀ ਇਹਨੇ ਬਾਹਰ ਚਲ ਜਾਣਾ, ਉਹਦੇ ਜ਼ਰੀਏ ਕਈ ਬਲੈਕਮੇਲ ਕਰੇ, ਕੋਈ ਹੈ ਹੀ ਨਹੀਂ ਬੰਦਾ ਜਿਹੜਾ ਕੰਮ ਜੋ ਗਲਤ ਕੰਮ ਨਜਾਇਜ਼ ਕੰਮ ਇਹ ਨਾ ਕਰਦਾ। ਇਹ ਸਾਰੇ ਤਹਿਤ ਮੈਂ ਇਹਦੇ ਵਿੱਚ ਇੱਕ ਥੋੜ੍ਹਾ ਜਿਹਾ ਹੋਰ, ਕੱਲ੍ਹ ਪਰਸੋਂ ਦਾ ਸੀ, ਇੱਕ ਮੇਰੇ ਨਾਲ ਜੁੜੀ ਹੋਈ ਵੀ ਮੇਰੇ ਪਿੰਡ ਸ਼ਰਾਬ ਦੀ ਫੈਕਟਰੀ ਸੀ ਵੀ ਜਿਹਦੇ ਬਾਰੇ ਜਾਣਕਾਰੀ ਨਹੀਂ ਹੋਈ, ਮੈਂ ਪਹਿਲਾਂ ਵੀ ਦੱਸਦਾ ਸੀ, ਜਿੱਥੇ ਇੱਟਾਂ ਪਈਆਂ ਹੋਣ ਧੂੰਆਂ ਨਿਕਲਦਾ ਹੋਵੇ ਚਿਮਨੀ 'ਚੋਂ ਉਹਨੂੰ ਭੱਠਾ ਕਹਿ ਦਿੰਦੇ ਨੇ, ਜਿੱਥੇ ਕਿਤੇ ਸੁਸਰੀ ਉੱਡਦੀ ਹੋਵੇ ਆਟਾ ਉਹ ਆਟਾ ਫੈਕਟਰੀ ਹੁੰਦੀ ਆ, ਸ਼ੈਲਰ ਲੱਗਿਆ ਹੋਵੇ ਫੱਕ ਉੱਡਦੀ ਆ। ਇਹ ਜਿਹੜੀ ਸ਼ਰਾਬ ਦੀ ਫੈਕਟਰੀ ਬਹੁ ਮਜਰੇ ਸੀ, ਕਦੇ ਵਿਹਲਾ ਹੋਵੇ ਢਿੱਲੂ ਉਹਨੂੰ ਦਿਖਾ ਦਈਏ ਵੀ ਪੂਰੇ ਦੇ ਢੇਰ ਨੇ, ਮਰੇ ਹੋਏ ਜਾਨਵਰ ਸੜਦੇ ਨੇ। 1 ਸਾਲ ਦੇ ਵਿੱਚ 3 ਜਵਾਕ, 2 ਤਾਂ ਫੱਟੜ ਹੋਏ ਹਫ਼ਤਾ ਪਹਿਲਾਂ ਵੀ, 1 ਦਾ ਜਵਾਕ ਨੂੰ ਖਾਏ ਗਏ ਕੁੱਤੇ। ਉਹ ਇਹੋ ਜਿਹਾ ਏਰੀਆ ਜਿੱਥੇ ਦਿਨਾਂ ਜਾਂਦੇ ਹੋਏ ਬੰਦਾ ਡਰਦਾ, ਰਾਤ ਨੂੰ
एक ट्रक आउंदा सी कदे ओह पहला एक टाइम उत्थे रंग दी फैक्ट्री सी ओह बंद हो गई सी कदे खुली नहीं सी देखी जिहड़ी लेबर दे 25 बंदे सी उहनां दा एक महीने दा राशन अंदर पाउंदा सी जिहड़ा ट्रक कच्चा माल लैके आउंदा सी ओह च शराब लद के पाया उपर दी आह सूए सूए होंदे हुए तां लेवड़े तो ट्रक जी टी रोड से चाढ़ के बीजे उहदी पार्टी मारदे सी इह जे असीं किहड़ा अंतरजामी आ भी जिहड़ा सानूं उहदा पाउणा सी पता लगना सी भी इत्थे जिंदा बंदा सारे पिंड ने कल ने नहीं कोल मोटर वाले ने राह वो सुना उतों कूड़े के ढेर भी जिधर नूं भी वह सैर कर जाना सी तिलू नूं पुछण वाला हो जिहड़ा बाई जी का कहना सी वह नाल भी उहदी पर्सनल रंजिश आ वह भले मानसा एक इंजीनियर बंदा कौम दे लई पंजाबियों लई नौकरी छड के आके लड़ाई हो चलण दी लड़दा सी किस्मत इह जी आके चंगी मानदे भी सानू फतेहगढ़ साहब खन्ने हल्किआं नूं इह जे सज्जण मिले पिंड पैंदा मकसूदड़ा जिथे गरीब घर जिथे लॉकडाउन लोगों ने राशन वंडिया किसी ने कोई दान पुन करिया उस भी कांग्रसियों ने गरीबों के जिदे सिर पर छत नहीं उन्हों तो भी पाँच पाँच दस दस हज़ार इकट्ठा कर लिया वो हादा नारा मारन लई एक हादा नारा मारन लई उहदा धन्नवाद तां की करना चाहीदा एक करनैल सिंह यही गुरदीप दे चाहे वह बलजिंदर सिंह आ बलजिंदर सिंह की पैरवाई करने लई साढ़े को सबूत ने कि इस बंदे ने भरपिंदर चाहल की हर वो चीज़ की जो इन्ना टाइम रहा या बाहर 420 रख रा के गया क्यों उन्होंने बहम सी भी कानून साड़ी मुठी चा तां वो जजा भी मूर्ख बनाने की सोच रखता कि दिमाग ये देखो भी गुरदीप ने पुलिस का खराब करया कि पुलिस के जरिए गुरदीप का दिमाग खराब होया ये चाप बैठ के वेले टाइम हिसाब लायो दोषी बध कौना एको थाली दे अट्टे बट्टे ने यह जिहड़े कांग्रेस कहती आ भी कालियां ने पैदा करे हुए ने वो कहते इन्हां ने पाले हुए ने लीडर इस्तेमाल करते ने पैसों तक मतलब हुंदा फिर इन्हें पला झाड़ना हुंदा इह कहड़ा पहली वार आ इन्हां नूं पता गलत करूँ मरूँ ये मरूँ असी पला कमें झाड़ना कमें झाड़ना इन्हूं समझिया करो जिहड़ियां आह चिट्ठियां ने लिखिया हुई SSP साहब नूं मुख्यमंत्री साहब नूं इन्हां दीआं पैरवाइयां जिहड़े मर के पंग दे भाणे वो परिवार कम से कम वो जागण टिल्लू वर्गिया नूं सानू जवाब देने की लोड़े ना पवे जे वो फेसबुक ते पैंदा जिथे हुआ उहदे जवाब तुहानू आप देने पैने ने नहीं इत्थे लखां ही तुरे फिरदे ने जबकि असी कदे भी चाहे कांग्रेस अकाली BJP तो बिना भी एक चीज़ साफ होनी चाहुंदी आ सही पार्टी सही खेतरी पार्टी सही चलो हादा नारा मारिया लेट मारिया किसानों के आगुआ ने जो कहना 4 महीने पहला चले होंगे तो किसानों इतने बैठने की नौबत ना पैंती सिमरनजीत सिंह बैंस की सोचते मनविंदर सिंह ब्यासपुरा की सोचते वो योधे ने जिन्होंने वक्त रेंदे जब ऑर्डिनेंस आए जद ये सैकलों से चढ़ गए पर आगू इन्हों के नहीं चढ़े तो हाल ने भी मेरा सारे इलाका निवासियों बेनती करते हैं जागजो 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 नहीं मारे जावांगे इदों भी बुरा हाल होगा ज़्यादा ना कहना वाहिगुरू जी का खालसा वाहिगुरू जी की फतह।